ਹਾਲਾਤ ਤੁਸੀਂ ਦੇਖੇ ਚੰਡੀਗੜ੍ਹ ਹੀ ਨਹੀਂ ਬਲਕਿ ਆਸ ਪਾਸ ਦੇ ਨੀਅਰ ਬਾਏ ਜਿੰਨੇ ਵੀ ਏਰੀਆ ਟ੍ਰਾਈ ਸਿਟੀ ਦੇ, ਉੱਥੇ ਵੀ ਜਿਹੜਾ ਤੇਜ਼ ਬਰਸਾਤ ਦਾ ਕਹਿਰ ਜ਼ਰੂਰ ਵੇਖਣ ਨੂੰ ਮਿਲਿਆ। ਘਰ ਦੇ ਅੰਦਰ ਤੱਕ ਪਾਣੀ ਵੜ ਗਿਆ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਜਿਹੜੀ ਹੈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੇਕਿਨ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ, ਜਿਹੜੀ ਤੁਸੀਂ ਥਾਂ ਦੀ ਗੱਲ ਕਰ ਰਹੇ ਹੋ, ਉਸੇ ਥਾਂ 'ਤੇ ਅਸੀਂ ਮੌਜੂਦ ਹਾਂ। ਚੰਡੀਗੜ੍ਹ 'ਤੇ ਪੰਜਾਬ ਦੇ ਬਾਰਡਰ 'ਤੇ ਪਟਿਆਲਾ ਦੀ ਰਾਓ, ਇਹੀ ਉਹ ਪੂਰੀ ਜਿਹੜੀ ਪਟਿਆਲਾ ਦੀ ਰਾਓ ਹੈ ਜਿੱਥੇ ਦੀ ਇਹ ਤਸਵੀਰਾਂ, ਬਲੈਰੋ ਗੱਡੀ ਜਿਹੜੀ ਫਸੀ ਸੀ ਔਰ ਉਸ ਤੋਂ ਇਲਾਵਾ ਬਾਈਕ ਸਵਾਰ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਉਹ ਹਾਦਸੇ ਦਾ ਸ਼ਿਕਾਰ ਹੋਇਆ। ਹਾਲਾਂਕਿ ਉਹਦੀ ਬਾਈਕ ਜਿਹੜੀ ਹੈ ਉਹ ਇੱਥੋਂ ਡੁੱਬ ਗਈ। ਲੇਕਿਨ ਜਿਸ ਤਰ੍ਹਾਂ ਜਦ ਇਹ ਤੇਜ਼ ਬਰਸਾਤ ਹੁੰਦੀ ਹੈ ਸਰਬਜੋਤ, ਇਹ ਪੂਰਾ ਜਿਹੜਾ ਹੈਗਾ ਓਵਰਫਲੋ ਹੁੰਦਾ, ਇਹ ਜਿਹੜਾ ਵੀ ਪੁੱਲ ਹੈ ਕਿਉਂਕਿ ਉਸ ਪਾਸੇ ਪੰਜਾਬ ਹੈ, ਪੰਜਾਬ ਸ਼ੁਰੂ ਹੋ ਜਾਂਦਾ ਮੁੱਲਾਪੁਰ ਸਾਈਡ ਔਰ ਇਸ ਪਾਸੇ ਚੰਡੀਗੜ੍ਹ ਦਾ ਏਰੀਆ ਡੱਡੂ ਮਾਜਰਾ ਕਲੋਨੀ ਦਾ, ਔਰ ਇਹ ਜਦ ਪੂਰੀ ਬਰਸਾਤ ਹੁੰਦੀ ਹੈ ਕਿਉਂਕਿ ਇਹ ਪੂਰਾ ਜੋੜ ਹੈਗਾ, ਇਹ ਕਨੈਕਟੀਵਿਟੀ ਹੈ ਚੰਡੀਗੜ੍ਹ ਅਤੇ ਪੰਜਾਬ ਦੀ, ਇਹ ਪੂਰਾ ਉਸ ਪਾਸੇ ਜਿਹੜਾ ਹੈਗਾ ਉਹ ਚੰਡੀਗੜ੍ਹ ਦਾ ਏਰੀਆ। ਹਾਲਾਂਕਿ ਹਰ ਸਾਲ, ਇਸ ਵਾਰ ਦੀ ਨਹੀਂ ਗੱਲ, ਹਰ ਸਾਲ ਦੀ ਇਸ ਤਰ੍ਹਾਂ ਦੀ ਦਿੱਕਤਾਂ ਜਿਹੜੀ ਹੈ ਉਹ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਕੋਈ ਕਿਤੇ ਨਾ ਕਿਤੇ ਕੋਈ ਹਾਦਸਾ ਜ਼ਰੂਰ ਹੁੰਦਾ। ਲੇਕਿਨ ਉਸ ਤੋਂ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ਜਾਂ ਪੰਜਾਬ ਦੇ ਕਿਸੇ ਵੀ ਪ੍ਰਸ਼ਾਸਨ ਦੀ ਜਿਹੜੀ ਹੈ ਉਹ ਨੀਂਦ ਨਹੀਂ ਖੁੱਲਦੀ, ਜਿਸ ਕਰਕੇ ਕਈ ਹਾਦਸੇ ਜਿਹੜੇ ਹੈ ਉਹ ਹੁੰਦੇ, ਲੇਕਿਨ ਕਿਸੇ ਵੀ ਤਰ੍ਹਾਂ ਦਾ ਦੁਬਾਰਾ ਤੋਂ ਕੋਈ ਕੰਮ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਦੀ ਤੇਜ਼ ਬਰਸਾਤ ਜਾਂ ਇਸ ਤਰ੍ਹਾਂ ਦਾ ਜਦ ਲਗਾਤਾਰ ਮੀਂਹ ਪੈਂਦਾ ਤਾਂ ਇਹ ਪੂਰਾ ਓਵਰਫਲੋ ਹੁੰਦਾ, ਜਿਸ ਕਰਕੇ ਕਨੈਕਟੀਵਿਟੀ ਤਾਂ ਟੁੱਟਦੀ ਹੈ। ਲੇਕਿਨ ਦੂਜੇ ਪਾਸੇ ਲੋਕ ਜਿਹੜੇ ਹੈ ਉਹ ਵੀ ਆਪਣੀ ਜਾਨ ਜਿਹੜੀ ਹੈਗੀ ਹੈ ਉਹ ਜੋਖਿਮ 'ਚ ਡਾਲਦੇ ਹੈ, ਉਹ ਕਨੈਕਟੀਵਿਟੀ ਨੂੰ ਜਦ ਪਾਰ ਕਰਦੇ ਹੈ, ਜਿਸ ਕਰਕੇ ਨੁਕਸਾਨ ਜਿਹੜਾ ਹੈ ਉਹ ਜ਼ਰੂਰ ਵੇਖਣ ਨੂੰ ਮਿਲਦਾ ਹੈ। ਕੱਲ੍ਹ ਦੀ ਜਿਹੜੀ ਵੀਡੀਓ ਹੈ ਸ਼ਾਮ ਦੀ, ਬਲੈਰੋ ਗੱਡੀ ਦੀ ਤੁਸੀਂ ਗੱਲ ਕੀਤੀ ਹੈ, ਬਾਈਕ ਸਵਾਰ ਜਿਹੜਾ ਉਹ ਕ੍ਰੋਸ ਕਰ ਰਿਹਾ ਸੀਗਾ, ਇਹ ਉਸੇ ਥਾਂ ਦੀ ਤਸਵੀਰਾਂ ਨੇ ਜਿੱਥੇ ਇਹ ਪੂਰਾ ਜਿਹੜਾ ਹੈਗਾ ਓਵਰਫਲੋ ਚੱਲ ਰਿਹਾ ਸੀਗਾ। ਹਾਲਾਂਕਿ ਅੱਜ ਫਲੋ ਘੱਟ ਹੈ, ਲੇਕਿਨ ਜਦ ਵੀ ਤੇਜ਼ ਬਰਸਾਤ ਯਾਨੀ ਘੰਟੇ ਦੋ ਘੰਟੇ ਦੀ ਜੇਕਰ ਬਰਸਾਤ ਹੋਗੀ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹ ਪੂਰਾ ਜਿਹੜਾ ਹੈ ਓਵਰਫਲੋ ਹੁੰਦਾ ਔਰ ਕਾਫ਼ੀ ਬਹੁਤ ਜ਼ਿਆਦਾ ਡੇਂਜਰ ਹੁੰਦਾ, ਬਹੁਤ ਜ਼ਿਆਦਾ ਖਤਰਨਾਕ ਹੁੰਦਾ ਇਸ ਚੀਜ਼ ਨੂੰ, ਇਸ ਪੁੱਲ ਨੂੰ ਪਾਰ ਕਰਨਾ। ਲੇਕਿਨ ਲੋਕ ਜਿਹੜੇ ਹੈ ਉਹ ਜੋਖਿਮ ਕਰਦੇ ਹੈ, ਲੋਕ ਜਿਹੜੇ ਹੈ ਉਹ ਨਹੀਂ ਮੰਨਦੇ ਇਸ ਗੱਲ ਨੂੰ ਔਰ ਇਹ ਪਾਰ ਕਰਦੇ, ਜਿਸ ਕਰਕੇ ਕਾਫ਼ੀ ਨੁਕਸਾਨ ਹੁੰਦਾ। ਹੁਣ ਬਲੈਰੋ ਗੱਡੀ 'ਚ ਇੱਕ ਪਰਿਵਾਰ ਸਮੇਤ ਪੂਰੇ ਲੋਕ ਸੀਗੇ। ਹਾਲਾਂਕਿ ਇੱਥੇ ਹੁਣ ਪ੍ਰਸ਼ਾਸਨ ਦੇ ਨੇ JCB ਜਿਹੜੀ ਹੈ ਉਹ ਖੜਾਈ ਹੈ, ਜੇਕਰ ਕੋਈ ਓਵਰਫਲੋ ਬਾਈ ਚਾਂਸ ਹੁੰਦਾ ਹੈ ਤਾਂ ਉਸਨੂੰ ਦੁਬਾਰਾ ਤੋਂ ਸਾਫ਼ ਕੀਤਾ ਜਾਵੇ। ਪੂਰਾ ਇੱਥੇ ਟੀਮ ਜਿਹੜੀ ਹੈ ਉਹ ਲਾਈ ਹੋਈ ਹੈ, ਲੇਕਿਨ ਉਸ ਤੋਂ ਬਾਵਜੂਦ ਜਿਹੜੀ ਹੈ ਉਹ ਨਹੀਂ ਮੰਨਦੇ। ਕੱਲ੍ਹ ਆਪ ਵੀ ਥੇ ਯਹਾਂ ਪੇ, ਕਿਆ ਹਾਲਾਤ ਥੇ? ਨਹੀਂ, ਪੂਰਾ ਪੈ ਰਿਹਾ ਥਾ ਜੀ, ਗੱਡੀ ਵਾਲੇ ਕੋ ਮਨਾ ਕਰ ਰਹੇ ਹੈ ਯਹਾਂ ਆਨੇ ਕੇ ਲੀਏ, ਲੇਕਿਨ ਵੋ ਫਿਰ ਵੀ ਆਪਣੀ ਮਨਮਾਨੀ ਕਰਤੇ, ਉਹਨੇ ਗੱਡੀ ਬਾੜ ਦੀ, ਜਿਸਕੇ ਚਲਤੇ ਉਹ ਫਸ ਗਿਆ ਵਹਾਂ ਪੇ, ਵੋ ਪਿੱਲਰ ਕਾ ਬਚਾਵ ਹੋ ਗਿਆ, ਵਰਨਾ ਗੱਡੀ ਸਿੱਧਾ ਨੀਚੇ ਜਾ। ਜਿਹੜੀ ਬਲੈਰੋ ਗੱਡੀ ਸੀ ਉਹਦੇ 'ਚ ਕਿੰਨੇ ਲੋਕ ਸਵਾਰ ਸੀ? ਚਾਰ, ਹਾਂਜੀ, ਫੈਮਿਲੀ ਸੀਗੀ ਜੀ। ਕਿੰਨੀ ਦੇਰ ਬਾਅਦ ਕੱਢਿਆ ਉਹਨਾਂ ਨੂੰ? ਉਹਨੂੰ ਇੰਟਰਮੀਡੀਏਟ ਪਬਲਿਕ ਨੇ ਕੱਟ ਲਿਆ ਸੀਗਾ ਜੀ, ਜਿਹੜੀ ਜਨਤਾ ਸੀਗੀ ਉਹਨਾਂ ਨੇ ਕੱਢ ਲਿਆ, ਬਾਕੀ ਗੱਡੀ ਵਿੱਚ ਹੀ ਰਹੀ। ਜਦ ਓਵਰਫਲੋ ਹੁੰਦਾ ਤਾਂ ਇੱਥੇ ਕੋਈ ਸਟਾਪ ਦਾ ਜਾਂ ਰੋਕਣ ਨੂੰ ਕਹਿੰਦੇ ਨਹੀਂ ਹੈ ਕਿ ਰੋਕ? ਸਾਡੇ ਮਹਿਕਮੇ ਦੇ ਬੰਦੇ ਆ ਜਾਂਦੇ ਆ ਜੀ, ਮਿੰਟੋ ਮਿੰਟ ਖੜ ਜਾਂਦੇ ਆ, ਉਹ ਰੋਕਦੇ ਆ ਜੀ, ਨਹੀਂ ਮੰਨਦੇ, ਪਬਲਿਕ ਨਹੀਂ ਮੰਨਦੀ, ਹੜ ਹੜ ਕਹਿੰਦੇ ਅਸੀਂ ਇੱਧਰੋਂ ਹੀ ਜਾਣਾ, ਇੱਧਰੋਂ ਹੀ ਜਾਣਾ, ਫਿਰ ਆਪਣੀ ਜਾਨ ਦਾ ਜੋਖਿਮ ਲੈ ਕੇ ਵੜ ਜਾਂਦੇ ਵਿੱਚ ਜੀ। ਕੱਲ੍ਹ ਇੱਕ ਬਾਈਕ ਸਵਾਰ ਦੀ ਵੀ ਬਾਈਕ ਰੁੜ ਗਈ? ਹਾਂਜੀ, ਉਹ ਪਰਲੇ ਪਾਸੇ ਬਾਈਕ ਰੁੜ ਗਈ ਸੀ, ਉਹਨੇ ਦਾਰੂ ਪੀਤੀ ਸੀ, ਵਿੱਚੇ ਵਾੜ ਦੀ, ਉਹਦੇ ਮੋਟਰਸਾਈਕਲ ਹੜ ਗਿਆ ਵਿੱਚ। ਅੱਛਾ, ਤੇ ਹੁਣ ਕਿਸ ਤਰ੍ਹਾਂ ਦੇ ਅਰੇਂਜਮੈਂਟ ਕਰ ਰਹੇ ਹੋ, ਕਿਉਂਕਿ ਫਿਰ ਦੁਬਾਰਾ ਤੋਂ ਓਵਰਫਲੋ ਹੁੰਦਾ ਤਾਂ ਤੁਸੀਂ JCB ਖੜਾਈ ਹੋਈ ਹੈ, ਇੱਥੇ ਟਰੱਕ ਖੜਾਏ ਹੋਏ ਨੇ? ਸਰ, ਅਸੀਂ ਐਮਰਜੈਂਸੀ ਵਾਸਤੇ ਇੱਥੇ ਖੜੇ ਹਾਂ ਜੀ, ਜਿਹਦਾ ਕੋਈ ਵੀ ਹੱਡ ਹੁੱਡ ਆਉਂਦਾ ਤਾਂ ਅਸੀਂ ਔਨ ਦਾ ਸਪੋਟ ਯਹਾਂ ਪੇ ਐਕਸ਼ਨ ਕੇ ਲਈ ਖੜੇ ਹੈ ਕਿ ਕੁਛ ਨਾ ਹੋ ਸਕੇ। ਨਾ, ਲੋਕਾਂ ਨੂੰ ਇੱਥੇ ਜੇਕਰ ਕੋਈ ਓਵਰਫਲੋ ਹੁੰਦਾ ਹੈ ਪੁੱਲ ਤਾਂ ਤੁਸੀਂ ਇਹ ਰੋਡ ਕਲੋਜ਼ ਕਿਉਂ ਨਹੀਂ ਕਰਦੇ? ਡਰਮ ਡੂਮ ਜੇ ਲਾ ਕੇ ਕਲੋਜ਼ ਕਰਦੇ ਜੀ, ਬੈਰੀਗੇਟ ਲੈਂਦੇ ਜੀ, ਹੁਣ ਦਿਨ ਦਾ ਟਾਈਮ ਹੈ, ਹੁਣ ਸਾਫ਼ ਕਰਿਆ ਵਾ, ਆਉਣ ਜਾਣ ਦਾ ਟਰਾਕ ਖੋਲਿਆ ਵਾ, ਜੇ ਜ਼ਿਆਦਾ ਐਮਰਜੈਂਸੀ ਹੁੰਦੀ ਹੈ ਅਸੀਂ ਬੈਰੀਗੇਟ ਲਾ ਕੇ ਬੰਦ ਕਰ ਦਿੰਦੇ ਹਾਂ ਜੀ। ਫਿਰ ਵੀ ਲੋਕੀ ਨਹੀਂ ਮੰਨਦੇ? ਨਹੀਂ ਮੰਨਦੇ ਜੀ।
ਤੇ ਇਹ ਸਿਰਫ ਜੋ ਬਹੁਤ ਕਹਿ ਸਕਦੇ ਕਿ ਲੋਕਾਂ ਦੀ ਵੀ ਇੱਕ ਬਹੁਤ ਵੱਡਾ ਹੈ ਕਿ ਲੋਕੀ ਮੰਨਦੇ ਨਹੀਂ ਹੈ, ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜਦ ਵੀ ਇਹ ਓਵਰਫਲੋ ਹੁੰਦਾ ਜੇ ਤੇਜ਼ ਮੀਂਹ ਹੁੰਦਾ ਤਾਂ ਇਹ ਪੂਰਾ ਪੁਲ ਜਿਹੜਾ ਓਵਰਫਲੋ ਹੋ ਜਾਂਦਾ ਜਿੱਥੇ ਅਸੀਂ ਮੌਜੂਦ ਹਾਂ, ਜਿੱਥੇ ਦੀ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ। ਲੇਕਿਨ ਉਹਦੇ ਬਾਵਜੂਦ ਲੋਕੀ ਨਹੀਂ ਮੰਨਦੇ, ਜਿਹੜੇ ਇੱਥੋਂ ਆ ਰਹੇ ਹੈ ਪੰਜਾਬ ਸਾਈਡ ਤੋਂ ਆ ਰਹੇ ਹੈ, ਚੰਡੀਗੜ੍ਹ ਸਾਈਡ ਤੋਂ ਆ ਰਹੇ ਹੈ, ਓਵਰਫਲੋ ਹੋਣ ਦੇ ਬਾਵਜੂਦ ਇੱਥੇ ਜਿਹੜੀ ਹੈ ਉਹ ਗੱਡੀਆਂ ਕੋਸ਼ਿਸ਼ ਕਰਦੇ ਹੈ ਕਿ ਇਹਨੂੰ ਪਾਰ ਕੀਤਾ ਜਾਵੇ, ਜਿਸ ਕਰਕੇ ਹਾਦਸਾ ਜਿਹੜਾ ਉਹ ਜ਼ਰੂਰ ਹੁੰਦਾ। ਇਹ ਤਸਵੀਰਾਂ ਤੁਸੀਂ ਵੇਖੋ ਕਿ ਕੱਲ੍ਹ ਸਿਚੁਏਸ਼ਨ ਇਸ ਤਰ੍ਹਾਂ ਦੀ ਸੀਗੀ ਸ਼ਾਮ ਦੀ ਕਿ ਪੂਰਾ ਉੱਪਰ ਤੱਕ, ਔਰ ਇਹ ਪਿੱਲਰ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਪਿੱਲਰ ਕਰਕੇ ਹੀ ਕੱਲ੍ਹ ਬਲੈਰੋ ਗੱਡੀ ਦੇ ਜਿਹੜੇ ਲੋਕ ਸਵਾਰ ਸੀਗੇ, ਫੈਮਿਲੀ ਸੀਗੇ, ਉਹ ਇਸ ਪਿੱਲਰ ਕਰਕੇ ਹੀ ਬਚ ਗਏ। ਅਦਰਵਾਈਜ਼ ਬਹੁਤ ਵੱਡਾ ਨੁਕਸਾਨ ਹੋਣਾ ਸੀ ਔਰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਸੀਗਾ, ਲੇਕਿਨ ਇਸ ਪਿੱਲਰ ਕਰਕੇ, ਕਿਉਂਕਿ ਇਸ ਪਿੱਲਰ ਦੇ ਵਿੱਚ ਬਲੈਰੋ ਗੱਡੀ ਜਿਹੜੀ ਹੈ ਉਹ ਫਸ ਗਈ ਸੀ। ਇਹ ਦੇਖੋ ਤੁਸੀਂ ਟੇਢਾ ਹੋਇਆ ਪਿਆ, ਕਾਫੀ ਮਜ਼ਬੂਤ ਪਿੱਲਰ ਹੈ ਔਰ ਇਸੇ ਪਿੱਲਰ ਤੇ ਬਲੈਰੋ ਗੱਡੀ ਜਿਹੜੀ ਹੈ ਉਹ ਫਸ ਗਈ ਸੀ, ਤੁਸੀਂ ਤਸਵੀਰਾਂ 'ਚ ਵੀ ਦੇਖ ਰਹੇ ਹੋਣੇ, ਔਰ ਜਿਸ ਕਰਕੇ ਨੁਕਸਾਨ ਜਿਹੜਾ ਹੈ ਉਹ ਹੋਣ ਤੋਂ ਬਚ ਗਿਆ। ਪਰਿਵਾਰਿਕ ਮੈਂਬਰ ਬਚ ਗਏ, ਲੋਕਾਂ ਨੇ ਜਿਹੜਾ ਹੈਗਾ ਰੱਸਾ ਪਾ ਕੇ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਰੈਸਕਿਊ ਕੀਤਾ। ਤਾਂ ਇਹ ਪੂਰਾ ਜਿਹੜਾ ਹੈਗਾ ਪੁਲ ਓਵਰਫਲੋ ਹੋ ਜਾਂਦਾ ਜਦ ਵੀ ਥੋੜੀ ਜਿਹਾ ਮੀਂਹ ਪੈਂਦਾ, ਕਿਉਂਕਿ ਉਸ ਪਾਸੇ ਪੂਰਾ, ਹੁਣ ਤੁਸੀਂ ਦੇਖੋ ਕਿ ਹਾਲਾਂਕਿ ਹੁਣ ਤਾਂ ਲੈਵਲ ਬਹੁਤ ਘੱਟ ਗਿਆ, ਲੇਕਿਨ ਕੱਲ ਸ਼ਾਮ ਤੱਕ ਇਹਦਾ ਲੈਵਲ ਬਹੁਤ ਉੱਚਾ ਸੀਗਾ। ਇਹ ਪਿੱਲਰ ਤੱਕ ਇਹਦਾ ਓਵਰਫਲੋ ਸੀਗਾ ਕਿ ਕਿਸੇ ਨੂੰ ਵੀ ਆਉਣ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਸੀ, ਲੇਕਿਨ ਉਹਦੇ ਬਾਵਜੂਦ ਲੋਕੀ ਨਹੀਂ ਮੰਨਦੇ ਔਰ ਬਾਰ ਬਾਰ ਇਹ ਕਨੈਕਟੀਵਿਟੀ ਨੂੰ ਪਾਰ ਕਰਦੇ, ਜਿਸ ਕਰਕੇ ਨੁਕਸਾਨ ਹੁੰਦਾ, ਜਿਸ ਕਰਕੇ ਕਾਫੀ ਜ਼ਿਆਦਾ ਜਿਹੜਾ ਹੈਗਾ ਕੱਲ੍ਹ ਤੁਸੀਂ ਦੇਖਿਆ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਔਰ ਉਸੇ ਥਾਂ ਤੇ ਜਿਹੜਾ ਹੈਗਾ ਇਹ ਤੋਗਾ ਦਾ ਹੈਗਾ ਜਿੱਥੇ ਦੀ ਤਸਵੀਰਾਂ ਬਲੈਰੋ ਗੱਡੀ ਦੀ ਜਾਂ ਫਿਰ ਬਾਈਕ ਸਵਾਰ ਇੱਥੋਂ ਹੀ ਜਿਹੜਾ ਹੈਗਾ ਉਹਦਾ ਬਾਈਕ ਹੀ ਜਿਹੜਾ ਰੁੜ ਕੇ ਅੱਗੇ ਚੱਲ ਗਿਆ। ਇਸ ਕਰਕੇ ਬਹੁਤ ਜ਼ਰੂਰੀ ਹੈ, ਲੇਕਿਨ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਇਹ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਫੀ ਨੁਕਸਾਨ ਹੋਇਆ, ਲੇਕਿਨ ਅਰੇਂਜਮੈਂਟ ਕਿਸ ਤਰ੍ਹਾਂ ਦੇ ਨੇ, ਅਰੇਂਜਮੈਂਟ ਕਿਸ ਤਰ੍ਹਾਂ ਦੇ ਨੇ, ਜਦ ਕੋਈ ਵੱਡਾ ਨੁਕਸਾਨ ਹੋ ਜਾਂਦਾ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ, ਉਸ ਤੋਂ ਬਾਅਦ ਹੀ ਜਿਹੜੇ ਹੈਗੇ ਅਧਿਕਾਰੀ ਜਾਣਦੇ, ਲੇਕਿਨ ਉਸ ਤੋਂ ਪਹਿਲਾਂ ਇਹ ਤਿਆਰੀ ਕਿਉਂ ਨਹੀਂ ਕੀਤੀ ਜਾਂਦੀ, ਇਹ ਵੀ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ।